ਆ ਹੈ ਜੀ ਨਗਰਾਸੂ ਦਾ ਗੁਰਦੁਆਰਾ ਸਾਹਿਬ, ਗੁਰਦੁਆਰਾ ਲੰਗਰ ਦਮਦਮਾ ਸਾਹਿਬ। ਅਤੇ ਸਾਡੀ ਰਿਹਾਇਸ਼ ਇੱਥੇ ਸੀਗੀ ਰਾਤ। ਅਤੇ ਆ ਹੈਗੀ ਆਪਣਾ ਨਿਵਾਸ ਸਥਾਨ ਜਿੱਥੇ ਤੁਸੀਂ ਠਹਿਰਾ ਕਰ ਸਕਦੇ ਹੋ। ਅਤੇ ਇੱਧਰ ਹੈਗਾ ਲੰਗਰ ਹਾਲ। ਅਤੇ ਪਾਰਕਿੰਗ ਦਾ ਵੀ ਚੰਗਾ ਪ੍ਰਬੰਧ ਹੈ ਇੱਧਰ। ਆ ਇੱਧਰ ਪਾਰਕਿੰਗ ਹੈ। ਦੀ ਡਰਾਈਵ ਦਿਖਾ ਰਿਹਾ ਮੈਪ, 90 ਕਿਲੋਮੀਟਰ। ਅਤੇ ਇੱਧਰ ਸਾਈਡ 'ਤੇ ਅਲਕਨੰਦਾ ਰਿਵਰ ਆ, ਦਰਿਆ ਕਹਿ ਲਓ, ਅਤੇ ਇੱਕ ਪਾਸੇ ਪਹਾੜੀਆਂ ਨੇ, ਦਿਖ ਹੀ ਰਿਹਾ ਤੁਹਾਨੂੰ। ਰਸਤਾ ਸੋਹਣਾ ਅਤੇ ਪਰ ਵਿੱਚ ਵਿੱਚ ਦੀ ਖਰਾਬ ਵੀ ਆ, ਪਰ ਠੀਕ ਆ। ਉੱਦਾਂ ਕੁੱਲ ਮਿਲਾ ਕੇ ਝਰਨਾ ਆ ਗਿਆ ਦੇਖੋ ਅੱਗੇ। ਹਾਂ ਤਾਂ ਝਰਨੇ ਵੀ ਬਹੁਤ ਦੇਖਣ ਨੂੰ ਮਿਲ ਰਹੇ ਆ। ਇੱਥੇ ਥੋੜ੍ਹਾ ਰੋਡ ਵਰਕ ਚੱਲ ਰਿਹਾ ਅਤੇ ਰੁਕੇ ਸੀਗੇ 5 ਮਿੰਟ, ਅਤੇ ਪਰ ਖੋਲ੍ਹਤਾ ਇਹਨਾਂ ਨੇ ਹੁਣ। ਰਸਤਾ ਬਹੁਤ ਜ਼ਿਆਦਾ ਖਰਾਬ ਆ। ਆਹ ਵੇਖੋ, ਬਾਕੀ ਮੌਸਮ ਤੁਸੀਂ ਦੇਖੋ, ਮੌਸਮ ਬਹੁਤ ਸੋਹਣਾ।
ਮਾਮਾ ਕੋਈ ਗੇਅਰ ਪਾਇਆ ਹੋਇਆ ਬਸ ਠੀਕ ਹੈ। ਆਪਾਂ ਜੀ ਥੋੜ੍ਹਾ ਇੱਥੇ ਹਵਾ ਪਾਣੀ ਚੈੱਕ ਕਰਾ ਕੇ ਆਪਦੀ ਹਵਾ ਪਾਣੀ ਟਾਈਟ ਕਰਨ ਲੱਗੇ ਹਾਂ ਥੋੜ੍ਹੀ ਜਿਹੀ। ਚਾਹ ਦੀ ਥੋੜ੍ਹੀ ਤੋੜ ਲੱਗੀ ਹੋਈ ਸੀ, ਸੋਚਿਆ ਚਾਹ ਪੀ ਲਈ ਹੈ ਅਤੇ ਆ ਉੱਥੇ ਰੁਕੇ ਸੀਗੇ। ਬਾਈ ਦਾ ਪੰਪ ਦੇ ਨਾਲ ਹੀ ਛੋਟਾ ਜਿਹਾ ਹੈਗਾ ਖੋਖਾ, ਇੱਥੇ ਚਾਹ ਪੀ ਰਹੀ ਹੈ ਅਤੇ ਆ ਖੜੀ ਆਪਣੀ ਧੰਨੋ, ਇਹਨੇ ਬਹੁਤ ਸਾਥ ਦਿੱਤਾ ਹੁਣ ਤੱਕ, ਅੱਗੇ ਵੀ ਉਮੀਦ ਕਰਦੇ ਹਾਂ ਵਧੀਆ ਰਹੂਗਾ। ਇੱਥੋਂ ਕਰੀਬ 50 ਕਿਲੋਮੀਟਰ ਹੀ ਰਹਿ ਗਿਆ। ਗਾਣੇ ਤੁਸੀਂ ਸੁਣੀ ਸਕਦੇ, ਬੜੇ ਪੁਰਾਣੇ ਲੱਗੇ ਹੋਏ ਅਤੇ ਇਹ 1 ਵੇ ਹੀ ਚੱਲ ਰਿਹਾ ਇੱਥੋਂ। ਪਹਿਲਾਂ ਅੱਗੋਂ ਟ੍ਰੈਫਿਕ ਆ ਰਹੀ ਆ ਅਤੇ ਫਿਰ ਆਪਾਂ ਆਪਣੀ ਨਿਕਲੂਗੀ ਇਸ ਆਪਣੀ ਲਾਈਨ ਵਾਲੀ। ਕਰੀਬ ਸਾਨੂੰ ਹੋ ਗਿਆ 10 ਮਿੰਟ ਹੋ ਗਏ ਸਾਨੂੰ ਖੜ੍ਹੇ ਨੂੰ ਇੱਥੇ, ਅਤੇ ਤੁਸੀਂ ਖੂਬਸੂਰਤੀ ਨਿਹਾਰੋ। ਆ ਵਾਦੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਨਾ। ਉਹ ਪਿੱਛੇ ਤੱਕ ਉਹ ਲੱਗਿਆ ਹੋਇਆ ਜਾਮ, ਸਾਰੇ ਸੈੱਟ ਹੋ ਜੋਸ਼ੀ ਮੱਠ। ਇੱਥੋਂ ਰਹਿ ਗਿਆ ਸਾਰਾ 15-18 ਕਿਲੋਮੀਟਰ ਹੀ ਰਹਿ ਗਿਆ। ਪਹਿਲਾਂ ਨਹੀਂ ਹੁੰਦਾ ਸੀ ਜਿਵੇਂ ਇੱਧਰ, ਹੁਣ 1 ਵੇ ਬਣਾਇਆ ਹੋਇਆ ਇਹਦੇ ਵਿੱਚ ਅਤੇ ਜਾਣ ਵਾਲੀਆਂ ਗੱਡੀਆਂ ਕੋਈ ਹੋਰ ਰਸਤੇ ਜਾਂਦੀਆਂ ਨੇ ਅਤੇ ਇਹ ਵੀ ਕਈ ਵਾਰ ਭੁਲੇਖਾ ਪੈ ਜਾਂਦਾ ਨਵੇਂ ਆਇਆਂ ਨੂੰ। ਸਾਨੂੰ ਵੀ ਪੈ ਗਿਆ ਸੀ ਭੁਲੇਖਾ, ਫਿਰ ਅਸੀਂ ਪਤਾ ਕਰਿਆ, ਫਿਰ ਮਤਲਬ ਦੱਸਿਆ ਲੋਕਲ ਬੰਦਿਆਂ ਨੇ ਅਤੇ ਹੁਣ ਦੇਖਦੇ ਅੱਗੇ ਮੇਨ ਰੋਡ ਕਿੱਥੇ ਚੜ੍ਹਦਾ ਜਾ ਕੇ। ਬਹੁਤ ਚੇਂਜ ਹੋ ਗਿਆ ਪਹਿਲਾਂ ਨਾਲੋਂ ਤਾਂ। ਬਾਕੀ ਮੌਸਮ ਵੀ ਠੀਕ ਆ, ਕੋਈ ਬਾਹਲਾ ਗਰਮ ਵੀ ਨਹੀਂ ਨਾ ਠੰਡਾ, 23 ਡਿਗਰੀ ਟੈਂਪਰੇਚਰ ਆ। ਆ ਵਾਦੀਆਂ ਦੇਖੋ ਇੱਧਰ ਕਿੰਨੀਆਂ ਸੋਹਣੀਆਂ ਨੇ।
ਅੱਗੇ ਬਰਫ਼ ਦੇ ਪਹਾੜ ਵੀ ਦਿਖ ਰਹੇ ਹੈਗੇ ਸਾਨੂੰ ਉੱਪਰ ਟੋਪ 'ਤੇ DC ਜਿਵੇਂ ਕਹਿ ਦਿੰਦੇ ਆਪਾਂ ਸਾਹਮਣੇ 'ਚ ਦਿਖਣੀਆਂ ਹੋਣਗੀਆਂ। ਪਹੁੰਚ ਗਏ ਜੀ ਅਸੀਂ ਗੋਬਿੰਦ ਘਾਟ, ਅਤੇ ਅੱਜ ਆਪਣੀ ਹੈਗੀ ਆ ਇੱਥੇ ਸਟੇ। ਕਮਰਾ ਲੈ ਲਿਆ ਅਸੀਂ, ਸੈਟਿੰਗ ਹੋ ਚੁੱਕੀ ਆ, ਗੱਡੀ ਪਾਰਕਿੰਗ 'ਚ ਹੈਗੀ ਆ। ਅਤੇ ਮੈਂ ਦੱਸ ਦੇਵਾਂ ਤੁਹਾਡੀ ਜਾਣਕਾਰੀ ਲਈ, ਸਰਕਾਰੀ ਨਹੀਂ ਮਤਲਬ ਗੁਰਦੁਆਰੇ ਦੀ ਕੋਈ ਵੀ ਫ੍ਰੀ ਪਾਰਕਿੰਗ ਅਵੇਲੇਬਲ ਨਹੀਂ ਹੁੰਦੀ ਇੱਥੇ, ਸਾਰੀਆਂ ਪੇਡ ਹੀ ਹੁੰਦੀਆਂ ਨੇ। ਇਹ ਕੋਈ 600 ਲੈਂਦਾ, ਕੋਈ 800 ਲੈਂਦਾ, ਮਤਲਬ ਸਭ ਦੇ ਆਪੋ ਆਪਣੇ ਹਿਸਾਬ ਨੇ ਇੱਥੇ। ਅਤੇ ਸਾਨੂੰ ਪਹਿਲਾਂ ਇੱਦਾਂ ਸੀ ਵੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਜੇ ਮਿਲ ਜਾਵੇ ਤਾਂ ਸ਼ਾਇਦ ਆਪਾਂ ਲਗਾ ਦਈਏ ਫ੍ਰੀ ਦੇ ਵਿੱਚ, ਪਰ ਨਹੀਂ, ਐਵੇਂ ਦਾ ਕੋਈ ਸੀਨ ਨਹੀਂ ਹੈ। ਪਰ ਚਲੋ ਕੋਈ ਨਹੀਂ, ਇਹ ਤੁਹਾਡੇ ਲਈ ਐਡੀਸ਼ਨਲ ਇਨਫੋਰਮੇਸ਼ਨ ਸੀਗੀ। ਅਤੇ ਆਹ ਮੈਂ ਤੁਹਾਨੂੰ ਦਿਖਾਉਂਦਾ ਇੱਥੋਂ ਪੁਲ ਜਿਹੜਾ ਨਵਾਂ ਬਣਿਆ, ਜਿੱਥੋਂ ਦੀ ਇਹ ਗੱਡੀਆਂ ਜਾਂਦੀਆਂ ਨੇ, ਆਹ ਪੁਲ ਹੈ ਜੀ। ਇੱਧਰੋਂ ਗੱਡੀਆਂ ਜਾਂਦੀਆਂ, ਤੁਸੀਂ ਆਪਣੀ ਗੱਡੀ ਵੀ ਲਿਜਾ ਸਕਦੇ ਹੋ। ਅੱਗੇ ਜਿਹੜਾ 4 ਕਿਲੋਮੀਟਰ ਤੱਕ ਦਾ ਸਫ਼ਰ ਹੈਗਾ, ਮਤਲਬ ਜਿਹੜਾ ਗੋਬਿੰਦ ਧਾਮ ਤੱਕ 13 ਕਿਲੋਮੀਟਰ ਹੁੰਦੀ ਸੀ ਵਾਕ ਪਹਿਲਾਂ, ਉਹ ਹੁਣ ਘੱਟ ਕੇ 9 ਕਿਲੋਮੀਟਰ ਰਹਿ ਗਈ ਆ। ਕਿਉਂਕਿ ਇੱਥੋਂ 4 ਕਿਲੋਮੀਟਰ ਤੱਕ ਗੱਡੀਆਂ ਜਾ ਸਕਦੀਆਂ ਨੇ, ਆਪਣੀ ਗੱਡੀ ਵੀ ਲਿਜਾ ਸਕਦੇ ਹੋ ਤੁਸੀਂ। ਅਤੇ ਉਹਦੇ ਵਿੱਚ ਇਹ ਆ ਵੀ ਅੱਗੇ ਤੁਹਾਨੂੰ ਪਾਰਕਿੰਗ ਮਿਲ ਜੂਗੀ ਜੇ ਤੁਸੀਂ ਲਾਉਣੀ ਆ। ਅਤੇ ਇੱਥੋਂ ਉੱਦਾਂ ਪ੍ਰਾਈਵੇਟ ਵੀ ਜਾਂਦੀਆਂ ਨੇ, ਜਿਨ੍ਹਾਂ ਦਾ ਹੈਗਾ ਵੀ 50 ਰੁਪਏ ਲੈਂਦੇ ਨੇ ਉਹ ਇੱਕ ਸਵਾਰੀ ਦੇ। ਪਰ ਉਹਦਾ ਐਂ ਆ ਵੀ ਜੇ ਤੁਸੀਂ ਗੱਡੀ ਕਰਾਉਣੀ ਹੈ ਪੂਰੀ, ਤਾਂ ਜਿਵੇਂ ਗੱਡੀ 'ਚ 10 ਜਣੇ ਬਹਿੰਦੇ ਆ, ਪਹਿਲਾਂ ਤਾਂ ਉਹਨਾਂ ਨੇ ਵੇਟ ਕਰਨੀ ਆ। ਜੇ ਤੁਸੀਂ 10 ਸਵਾਰੀਆਂ ਦਾ ਰੇਟ ਉਹਨਾਂ ਨੂੰ ਦੇ ਦੋਗੇ 500 ਰੁਪਏ, ਤਾਂ ਉਹ ਲੈ ਜਾਣਗੇ। ਅਦਰਵਾਈਜ਼ ਤੁਹਾਨੂੰ ਵੇਟ ਕਰਨੀ ਪਊ ਜਦ ਤੱਕ ਉਹ 10 ਸਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਉਹ ਗੱਡੀ ਦੇ ਵਿੱਚ। ਬਸ ਆਹੀ ਇੱਕ ਥੋੜ੍ਹਾ ਜਿਹਾ ਹੈਗਾ ਲਿਮੀਟੇਸ਼ਨ ਆਪਣਾ ਰੈਂਟਲ ਗੱਡੀ ਦਾ। ਪਰ ਦੇਖਦੇ ਹਾਂ ਸੁਬਹਾ ਸਾਡਾ ਕਿਵੇਂ ਪਲਾਨ ਬਣਦਾ, ਹਲੇ ਅਸੀਂ ਵੀ ਪਤਾ ਹੀ ਕਰਿਆ ਸੀ, ਬਾਕੀ ਫਾਈਨਲ ਤਾਂ ਹਲੇ ਕੀਤਾ ਨਹੀਂਗਾ। ਅਤੇ ਦਿਖਾਉਂਦੇ ਅੱਗੇ ਤੁਹਾਨੂੰ ਫਿਰ ਦਰਬਾਰ ਸਾਹਿਬ ਦੇ ਅੰਦਰੋਂ, ਤਾਂ ਮੈਂ ਵੀਡੀਓ ਸ਼ੂਟ ਨਹੀਂ ਕਰੂੰਗਾ ਕਿਉਂਕਿ ਉੱਥੇ ਲਿਖ ਕੇ ਲਗਾਇਆ ਹੋਇਆ ਵੀ ਮਨਾਹੀ ਆ, ਅਤੇ ਮੈਂ ਬਾਹਰੋਂ ਤੁਹਾਨੂੰ ਦਰਸ਼ਨ ਜ਼ਰੂਰ ਕਰਵਾਊਂਗਾ। ਅਤੇ ਬਾਕੀ ਤੁਹਾਨੂੰ ਮਾਰਕੀਟ ਦਾ ਵੀ ਮੈਂ ਐਕਸਪਲੋਰ ਕਰਵਾਉਂਦਾ ਥੋੜ੍ਹਾ ਬਹੁਤ। ਰਸਤਾ ਟੋਟਲੀ ਚੇਂਜ ਹੋ ਗਿਆ, ਪਹਿਲਾਂ ਮਤਲਬ ਐਵੇਂ ਦਾ ਨਹੀਂ ਹੁੰਦਾ ਸੀਗਾ ਇਹ, ਆਪਣਾ ਜਿਵੇਂ ਉਦੋਂ ਹੜ੍ਹ ਆਏ ਸੀਗੇ, ਬੱਦਲ ਫਟਿਆ ਸੀਗਾ, ਤਾਂ ਉਦੋਂ ਆਪਣਾ ਬਹੁਤ ਨੁਕਸਾਨ ਹੋ ਚੁੱਕਿਆ ਸੀਗਾ ਉਸ ਚੀਜ਼ ਦਾ। ਤਾਂ ਸਾਰੇ ਨਵੀਂ ਬਣੀ ਹੈ ਸਾਰੀ ਬਿਲਡਿੰਗਸ। ਬਾਕੀ ਜੁੜੇ ਰਹੋ ਤੁਸੀਂ, ਤੁਹਾਨੂੰ ਅੱਗੇ ਦਿਖਾਉਂਦੇ ਹਾਂ ਦਰਬਾਰ ਸਾਹਿਬ ਦਾ, ਮੈਂ ਦਿਖਾਉਂਦਾ ਤੁਹਾਨੂੰ ਅੱਗੇ ਹੁਣ। ਆਹਾ ਤੁਸੀਂ ਇੱਕ ਵਿਊ ਚੈੱਕ ਕਰੋ ਆਲੇ ਦੁਆਲੇ ਦਾ।
ਬਾਕੀ ਚਲੋ ਇੱਧਰ ਚੱਲਦੇ ਹਾਂ, ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ, ਮੈਂ ਤੁਹਾਡੇ ਨਾਲ ਹੀ ਚੱਲਦਾ ਮੈਂ, ਅਤੇ ਨਾਲੇ ਤੁਹਾਨੂੰ ਦਿਖਾਉਂਦਾ ਫਿਰ। ਆ ਜਿਹੜਾ ਖੜਕਾ ਤੁਸੀਂ ਸੁਣ ਰਹੇ ਹੋ ਇਹ ਉੱਪਰੋਂ ਗੱਡੀਆਂ ਲੰਘ ਰਹੀਆਂ ਪੁਲ ਉੱਪਰੋਂ ਦੀ, ਆਹ ਪੁਲ ਆ ਦੇਖੋ, ਆ ਇੱਥੇ ਮੋਟਰਸਾਈਕਲਾਂ ਦੀਆਂ ਪਾਰਕਿੰਗਸ ਵਗੈਰਾ ਨੇ। ਆ ਗਈ ਮੇਨ ਐਂਟਰੈਂਸ ਦਰਬਾਰ ਸਾਹਿਬ ਦੀ ਇੱਧਰੋਂ ਦਰਿਆ ਵਾਲੇ ਪਾਸਿਓਂ। ਇੱਥੋਂ ਦਾ ਸਰਾਊਂਡਿੰਗ ਦੇਖੋ ਜੀ, ਚਾਰੇ ਤਰਫ ਉਹ ਜਿਹੜਾ ਉਹ ਹੈ ਨਾ ਉੱਥੇ ਉਹ ਦਰਿਆ, ਉਹ ਆਪਣਾ ਜਦੋਂ ਉਦੋਂ 10 ਸਾਲ ਪਹਿਲਾਂ ਆਏ ਸੀਗੇ ਅਸੀਂ, ਤਾਂ ਉਹਦੇ ਮਤਲਬ ਲੋਕ ਉੱਥੇ ਬਹਿ ਬਹਿ ਕੇ ਕੱਪੜੇ ਧੋਂਦੇ ਹੁੰਦੇ ਸੀ, ਉੱਥੇ ਇਸ਼ਨਾਨ ਵੀ ਕਰਦੇ ਹੁੰਦੇ ਸੀਗੇ, ਅਤੇ ਉਹ ਤੋਂ ਬਾਅਦ ਤਾਂ ਇਹ ਸਾਰੇ ਚੇਂਜ ਕਰਤਾ ਹੁਣ ਤਾਂ। ਹਾਂਜੀ, ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਇਹ, ਅਤੇ ਆਹ ਦੇਖੋ ਤੁਸੀਂ ਸਾਰਾ ਚਾਰ ਚੁਫੇਰਾ। ਇਹ ਸਾਰੀ ਮਾਰਕੀਟ ਸੁਬਹਾ 5 ਵਜੇ ਖੁੱਲ੍ਹ ਜਾਂਦੀਆਂ। ਆਹ ਹੈਗਾ ਜੀ ਜਿਹੜਾ ਪੁਲ ਤੁਹਾਨੂੰ ਦੱਸਿਆ ਸੀਗਾ ਵੀ ਗੱਡੀਆਂ ਲੰਘਦੀਆਂ, ਉਹਦੇ ਉੱਤੋਂ ਦਾ ਨਜ਼ਾਰਾ ਦੇਖੋ, ਪਾਣੀ ਕਿਵੇਂ ਵਗ ਰਿਹਾ, ਬਹੁਤ ਤੇਜ਼ ਸਪੀਡ ਆ। ਅਤੇ ਆਹ ਹੈਗਾ ਜੀ ਪੁਲ, ਬਹੁਤ ਸਟਰੋਂਗ ਪੁਲ ਬਣਾਇਆ ਇਹਨਾਂ ਨੇ, ਹੁਣ ਕਾਫੀ ਚੰਗਾ ਕੰਮ ਕੀਤਾ। ਅਤੇ ਆਹ ਹੈਗਾ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਗੋਬਿੰਦ ਘਾਟ ਦਾ, ਆਹ ਸਾਰੀ ਮਾਰਕੀਟ ਇੰਨੀ ਕੀ ਆ, ਕੋਈ ਜ਼ਿਆਦਾ ਵੱਡੀ ਨਹੀਂ ਹੈਗੀ, ਇੱਥੇ ਪਾਰਕਿੰਗਸ ਵਗੈਰਾ ਨੇ, ਅਤੇ ਇੱਥੇ ਤੁਹਾਨੂੰ ਹੋਟਲ ਵੀ ਮਿਲ ਜਾਣਗੇ।